भाई मछलियां डा के बैठे से उन्होंने सोचा कल वाला फिर आ गया दो दो या पांच पांच रखिया सन क्योंकि उदो एक एक मोर का बड़ा मुल जिथे मेरा सतगुर बैठा आए से जंत भए हरियावले जिनी मेरा सतगुर देखिया जाए तन तन पिता तन तन कुल यो करो कृपा पावन मुख वाक बख्शिश करके सर्वत संगता नूं किरतार्थ करो जी अते अगले दीवान सजाउण दी आग्या बख्शो ਬੋਈਆਂ ਫੁੱਲਾਂ ਦੀ ਖਿਮਾ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਦਰਸ਼ਨੀ ਭੇਟਾ ਮਾਇਆ ਹਾਜ਼ਰ ਕੀਤੀ ਖਜ਼ਾਨੇ ਭਰਪੂਰ ਕਰਨੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਬੇਅੰਤ ਸੰਗਤਾਂ ਵੱਲੋਂ ਅਤੇ ਆਪ ਜੀ ਦੇ ਖਜ਼ਾਨਿਆਂ ਵੱਲੋਂ ਆਪ ਜੀ ਦੀ ਬਖਸ਼ਿਸ਼ ਕੀਤੇ ਉਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਏ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤੇਗ ਬਹਾਦਰਾਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਪਤ ਪਾਵਨ ਗੁਰੂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ 400 ਸਾਲਾ ਪ੍ਰਕਾਸ਼ ਦਿਹਾੜੇ 'ਤੇ ਪਹਿਲਾਂ ਮੈਂ ਸਮੁੱਚੇ ਸਿੱਖ ਸੰਸਾਰ ਨੂੰ ਸਮੂਹ ਮਾਨਵਤਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਸ ਪਾਵਨ ਧਰਤੀ 'ਤੇ ਅਸੀਂ ਖੜ੍ਹੇ ਹੋਏ ਹਾਂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 19 ਜੂਨ ਸੰਨ 1665 ਈਸਵੀ ਨੂੰ ਇਸ ਨਗਰ ਦੀ ਨੀਂਹ ਰੱਖੀ ਅਤੇ ਇੱਥੇ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਆਪਣੀ ਰਿਹਾਇਸ਼ ਸੀ ਆਪਣਾ ਘਰ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮੇਤ ਉਹਨਾਂ ਦੇ ਪਰਿਵਾਰ ਦੇ 11 ਮੈਂਬਰ ਰਹਿੰਦੇ ਸਨ ਇੱਥੇ ਹੀ 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਇਸੇ ਸਥਾਨ 'ਤੇ 11 ਜੁਲਾਈ 1675 ਨੂੰ 9 ਸਾਲ ਦੀ ਉਮਰ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ ਕੀਤੀ ਐਸੇ ਸਥਾਨ 'ਤੇ ਪੰਡਿਤਾਂ ਦੀ ਪੁਕਾਰ ਸੁਣ ਕੇ 25 ਜੂਨ 1675 ਨੂੰ ਜਦੋਂ ਇੰਦਰਾ ਗਾਂਧੀ ਜੀ ਦੇ ਖਾਨਦਾਨ ਵਿੱਚੋਂ ਪੰਡਿਤ ਸਰੂਪ ਚੰਦ ਜੀ ਪੰਡਿਤ ਪੂਰਨ ਚੰਦ ਜੀ ਅਤੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ 500 ਸੰਗਤਾਂ ਦਾ ਡੈਪੂਟੇਸ਼ਨ ਆਇਆ ਸੀ ਇਸੇ ਸਥਾਨ 'ਤੇ ਪੁਕਾਰ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ ਤੋਂ ਦਿੱਲੀ ਚਾਂਦਨੀ ਚੌਂਕ ਦੇ ਲਈ ਗਏ ਤਿਲਕ ਜੰਝੂ ਰਾਖਾ ਪ੍ਰਭ ਕਾਕਾ ਕਿੰਨੋ ਵੱਡੋ ਕਲੂ ਮੈਂ ਸਾਕਾ ਕਰਮੇ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਨਾ ਦੀਆ ਦੇ ਮਾਂ ਬਾਪ ਅਨੁਸਾਰ ਹਿੰਦੂ ਧਰਮ ਦੀ ਪੱਤ ਰੱਖ ਲਈ ਔਰ ਹਿੰਦੁਸਤਾਨ ਦੀ ਸੰਸਕ੍ਰਿਤੀ ਇੱਥੋਂ ਦੇ ਧਰਮ ਨੂੰ ਬਚਾਇਆ ਤਾਂ ਹੀ ਕਵੀ ਸੈਨਾਪਤੀ ਜੀ ਕਹਿੰਦੇ ਸਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਸ਼ਖਸੀਅਤ ਦੇਸ਼ ਧਰਮ ਅਤੇ ਕੌਮ ਦੀਆਂ ਹੱਦਾਂ ਵਿੱਚ ਬੰਦ ਨਹੀਂ ਕੀਤੀ ਜਾ ਸਕਦੀ ਉਹ ਤਾਂ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰੇਸ਼ਟ ਭੈ ਢਾਪੀ ਚਾਦਰ ਐਸੇ ਮਹਾਨ ਸਤਿਗੁਰੂ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛੱਤਰ ਛਾਇਆ ਹੇਠ ਪਿਛਲੇ 1 ਮਹੀਨੇ ਤੋਂ ਸ਼ਾਮ ਦੀਆਂ ਸ਼ਬਦ ਚੌਂਕੀਆਂ ਕੱਢ ਕੇ ਜਿਸ 'ਚ ਸੈਂਕੜੇ ਨਹੀਂ ਹਜ਼ਾਰ ਸੰਗਤ ਵੀ ਸ਼ਾਮਿਲ ਹੋਈ ਅਤੇ ਅੱਜ ਗੁਰਦੁਆਰਾ ਭੋਰਾ ਸਾਹਿਬ ਵਿਖੇ ਵੀ
तख्त श्री केसगढ़ साहब जी की छत्र छाया हेठ दीवान सजाए गए हैं जो दोपहर तक सजनगे। अखंड पाठ साहब के भोग पै चुके हैं। हजूरी रागी जथियां वालों कीर्तन की सेवा निभाई जा रही है। सचखंड श्री दरबार साहब के कीर्तनी जथे आए हैं। वक् वक् विद्वान प्रोफेसर साहबान और चंगे बुलारे जड़े ने वो गुरु तेग बहादुर जी के पावन इतिहास उन्हों की पावन सिक्ख्या उन्हों के पावन फलसफे तो संगत जाणू करवाएंगे और समुचे सिख भाईचारे में एक बार फिर लख लख बधाई देता हो।